ਜ਼ਿਲ੍ਹਾ ਵਾਸੀਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਣੇ ਜਿਹੜਾ ਸਿੰਘਾਂਵਾਲਾ ਜਿਹੜਾ ਮੁੱਖ ਗ੍ਰਿੱਡ ਹੈਗਾ ਬਿਜਲੀ ਵਿਭਾਗ ਦਾ, ਉਹਦੇ ਵਿੱਚ ਅਚਾਨਕ ਕੁਛ ਤਕਨੀਕੀ ਕਾਰਨਾਂ ਕਰਕੇ ਅੱਗ ਲੱਗ ਗਈ। ਅੱਗ ਲੱਗਣ ਦੇ ਨਾਲ ਇੱਕ ਜਿਹੜਾ ਵੱਡਾ ਟਰਾਂਸਫਾਰਮਰ ਆ ਉਹ ਕਾਫੀ ਨੁਕਸਾਨਿਆ ਗਿਆ। ਉਹਦੇ ਕਰਕੇ ਆਪਣੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਬਿਜਲੀ ਸਪਲਾਈ ਆ ਬਹੁਤ ਵੱਡੀ ਪੱਧਰ 'ਤੇ ਪ੍ਰਭਾਵਿਤ ਹੋਈ ਹੈ। ਅੱਗ ਦੇ ਉੱਤੇ ਕਾਬੂ ਪਾਇਆ ਜਾ ਚੁੱਕਿਆ, ਹੁਣ ਉੱਥੇ ਸਥਿਤੀ ਕੰਟਰੋਲ ਦੇ ਵਿੱਚ ਹੈਗੀ ਆ, ਪਰ ਕਿਉਂਕਿ ਜ਼ਿਆਦਾ ਨੁਕਸਾਨ ਹੋ ਚੁੱਕਿਆ ਉਹਦਾ ਟਰਾਂਸਫਾਰਮਰ ਦਾ, ਇਸ ਕਰਕੇ ਜਿਹੜੀ ਬਿਜਲੀ ਸਪਲਾਈ ਆ ਉਹਨੂੰ ਦਰੁਸਤ ਕਰਨ ਦੇ ਵਿੱਚ ਹਾਲੇ ਥੋੜ੍ਹਾ ਜਿਹਾ ਟਾਈਮ ਲੱਗੂਗਾ। ਪਰੇਸ਼ਾਨੀ ਕੀ ਆ ਰਹੀ ਆ ਕਿ ਹੁਣ ਕੁਝ ਲੋਕਾਂ ਵੱਲੋਂ ਮਤਲਬ ਬਾਰ ਬਾਰ ਫੋਨ ਕੀਤੇ ਜਾ ਰਹੇ ਆ ਬਿਜਲੀ ਵਿਭਾਗ ਦੇ ਜਿਹੜੇ ਹੈਲਪਲਾਈਨ ਨੰਬਰ ਹੈਗੇ ਨੇ ਕਿ ਲਾਈਟ ਕਦੋਂ ਆਊਗੀ, ਲਾਈਟ ਕਦੋਂ ਆਊਗੀ, ਲਾਈਟ ਕਦੋਂ ਆਊਗੀ। ਸੋ ਜ਼ਿਲ੍ਹਾ ਵਾਸੀਓ, ਤੁਹਾਨੂੰ ਅਪੀਲ ਹੈਗੀ ਆ ਪ੍ਰਸ਼ਾਸਨ ਵੱਲੋਂ, ਬਿਜਲੀ ਬੋਰਡ ਵੱਲੋਂ, ਕਿ ਕਿਰਪਾ ਕਰਕੇ ਸਬਰ ਦਾ ਥੋੜ੍ਹਾ ਜਿਹਾ ਰੱਖਿਆ ਜਾਵੇ। ਬਿਜਲੀ ਸਪਲਾਈ ਨੂੰ ਦਰੁਸਤ ਕਰਨ ਵਾਸਤੇ ਬਿਜਲੀ ਵਿਭਾਗ ਦਾ ਸਾਰਾ ਹੀ ਅਮਲਾ ਫੈਲਾ ਇਸ ਟਾਈਮ ਜੋਬ 'ਤੇ ਲੱਗਿਆ ਹੋਇਆ ਵਾ। ਅਸੀਂ ਤੁਹਾਨੂੰ ਆਸਵਾਸਨ ਦਿੰਦੇ ਹਾਂ ਕਿ ਇਹ ਜਲਦੀ ਤੋਂ ਜਲਦੀ ਜਿਹੜੀ ਬਿਜਲੀ ਨਿਰੰਤਰ ਬਿਜਲੀ ਸਪਲਾਈ ਹੈ ਜਿਹੜੀ ਚਾਲੂ ਹੋ ਜਾਊਗੀ, ਅਤੇ ਉਦੋਂ ਤੱਕ ਤੁਹਾਨੂੰ ਬੇਨਤੀ ਆ ਕਿ ਆਪਣਾ ਥੋੜ੍ਹਾ ਜਿਹਾ ਸਬਰ ਰੱਖੋ। ਵਾਰ ਵਾਰ ਫੋਨ, ਜਿੰਨਾ ਆਪਾਂ ਫੋਨ ਕਰਾਂਗੇ ਉਨੇ ਹੀ ਜਿਹੜੇ ਮੁਲਾਜ਼ਮ ਜਿਹੜਾ ਸਾਡਾ ਮੈਨ ਫੋਰਸ ਹੈਗੀ ਆ ਉਨੀ ਪ੍ਰਭਾਵਿਤ ਹੁੰਦੀ ਆ, ਉਹਨਾਂ ਕੰਮ ਤੋਂ ਧਿਆਨ ਭਟਕਦਾ। ਸੋ ਆਪ ਨੂੰ ਬੇਨਤੀ ਆ ਕਿ ਸਬਰ ਰੱਖੋ। ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਜਲਦੀ ਤੋਂ ਜਲਦੀ ਜਿਹੜੀ ਬਿਜਲੀ ਸਪਲਾਈ ਨੂੰ ਆਪਾਂ ਦੁਬਾਰਾ ਨਿਰਵਿਘਨ ਕਰ ਸਕੀਏ। ਸੋ ਇੱਕ ਵਾਰ ਫਿਰ ਬੇਨਤੀ ਹੈ ਕਿ ਕਿਰਪਾ ਕਰਕੇ ਇਸ ਮੁਸੀਬਤ ਦੀ ਘੜੀ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਅਤੇ ਪੰਜਾਬ ਰਾਜ ਬਿਜਲੀ ਬੋਰਡ ਦਾ ਆਪਾਂ ਉਹਦਾ ਸਹਿਯੋਗ ਕਰੀਏ। ਜ਼ਿਲ੍ਹਾ ਵਾਸੀਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਣੇ ਜਿਹੜਾ ਸਿੰਘਾਂਵਾਲਾ ਜਿਹੜਾ ਮੁੱਖ ਗ੍ਰਿੱਡ ਹੈਗਾ ਬਿਜਲੀ ਵਿਭਾਗ ਦਾ, ਉਹਦੇ ਵਿੱਚ ਅਚਾਨਕ ਕੁਛ ਤਕਨੀਕੀ ਕਾਰਨਾਂ ਕਰਕੇ ਅੱਗ ਲੱਗ ਗਈ। ਅੱਗ ਲੱਗਣ ਦੇ ਨਾਲ ਇੱਕ ਜਿਹੜਾ ਵੱਡਾ ਟਰਾਂਸਫਾਰਮਰ ਆ ਉਹ ਕਾਫੀ ਨੁਕਸਾਨਿਆ ਗਿਆ। ਉਹਦੇ ਕਰਕੇ ਆਪਣੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਬਿਜਲੀ ਸਪਲਾਈ ਆ ਬਹੁਤ ਵੱਡੀ ਪੱਧਰ 'ਤੇ ਪ੍ਰਭਾਵਿਤ ਹੋਈ ਹੈ। ਅੱਗ ਦੇ ਉੱਤੇ ਕਾਬੂ ਪਾਇਆ ਜਾ ਚੁੱਕਿਆ, ਹੁਣ ਉੱਥੇ ਸਥਿਤੀ ਕੰਟਰੋਲ ਦੇ ਵਿੱਚ ਹੈਗੀ ਆ, ਪਰ ਕਿਉਂਕਿ ਜ਼ਿਆਦਾ ਨੁਕਸਾਨ ਹੋ ਚੁੱਕਿਆ ਉਹਦਾ ਟਰਾਂਸਫਾਰਮਰ ਦਾ, ਇਸ ਕਰਕੇ ਜਿਹੜੀ ਬਿਜਲੀ ਸਪਲਾਈ ਆ ਉਹਨੂੰ ਦਰੁਸਤ ਕਰਨ ਦੇ ਵਿੱਚ ਹਾਲੇ ਥੋੜ੍ਹਾ ਜਿਹਾ ਟਾਈਮ ਲੱਗੂਗਾ। ਪਰੇਸ਼ਾਨੀ ਕੀ ਆ ਰਹੀ ਆ ਕਿ ਹੁਣ ਕੁਝ ਲੋਕਾਂ ਵੱਲੋਂ ਮਤਲਬ ਬਾਰ ਬਾਰ ਫੋਨ ਕੀਤੇ ਜਾ ਰਹੇ ਆ ਬਿਜਲੀ ਵਿਭਾਗ ਦੇ ਜਿਹੜੇ ਹੈਲਪਲਾਈਨ ਨੰਬਰ ਹੈਗੇ ਨੇ ਕਿ ਲਾਈਟ ਕਦੋਂ ਆਊਗੀ, ਲਾਈਟ ਕਦੋਂ ਆਊਗੀ, ਲਾਈਟ ਕਦੋਂ ਆਊਗੀ। ਸੋ ਜ਼ਿਲ੍ਹਾ ਵਾਸੀਓ, ਤੁਹਾਨੂੰ ਅਪੀਲ ਹੈਗੀ ਆ ਪ੍ਰਸ਼ਾਸਨ ਵੱਲੋਂ, ਬਿਜਲੀ ਬੋਰਡ ਵੱਲੋਂ, ਕਿ ਕਿਰਪਾ ਕਰਕੇ ਸਬਰ ਦਾ ਥੋੜ੍ਹਾ ਜਿਹਾ ਰੱਖਿਆ ਜਾਵੇ। ਬਿਜਲੀ ਸਪਲਾਈ ਨੂੰ ਦਰੁਸਤ ਕਰਨ ਵਾਸਤੇ ਬਿਜਲੀ ਵਿਭਾਗ ਦਾ ਸਾਰਾ ਹੀ ਅਮਲਾ ਫੈਲਾ ਇਸ ਟਾਈਮ ਜੋਬ 'ਤੇ ਲੱਗਿਆ ਹੋਇਆ ਵਾ। ਅਸੀਂ ਤੁਹਾਨੂੰ ਆਸਵਾਸਨ ਦਿੰਦੇ ਹਾਂ ਕਿ ਇਹ ਜਲਦੀ ਤੋਂ ਜਲਦੀ ਜਿਹੜੀ ਬਿਜਲੀ ਨਿਰੰਤਰ ਬਿਜਲੀ ਸਪਲਾਈ ਹੈ ਜਿਹੜੀ ਚਾਲੂ ਹੋ ਜਾਊਗੀ, ਅਤੇ ਉਦੋਂ ਤੱਕ ਤੁਹਾਨੂੰ ਬੇਨਤੀ ਆ ਕਿ ਆਪਣਾ ਥੋੜ੍ਹਾ ਜਿਹਾ ਸਬਰ ਰੱਖੋ। ਵਾਰ ਵਾਰ ਫੋਨ, ਜਿੰਨਾ ਆਪਾਂ ਫੋਨ ਕਰਾਂਗੇ ਉਨੇ ਹੀ ਜਿਹੜੇ ਮੁਲਾਜ਼ਮ ਜਿਹੜਾ ਸਾਡਾ ਮੈਨ ਫੋਰਸ ਹੈਗੀ ਆ ਉਨੀ ਪ੍ਰਭਾਵਿਤ ਹੁੰਦੀ ਆ, ਉਹਨਾਂ ਕੰਮ ਤੋਂ ਧਿਆਨ ਭਟਕਦਾ। ਸੋ ਆਪ ਨੂੰ ਬੇਨਤੀ ਆ ਕਿ ਸਬਰ ਰੱਖੋ। ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਜਲਦੀ ਤੋਂ ਜਲਦੀ ਜਿਹੜੀ ਬਿਜਲੀ ਸਪਲਾਈ ਨੂੰ ਆਪਾਂ ਦੁਬਾਰਾ ਨਿਰਵਿਘਨ ਕਰ ਸਕੀਏ। ਸੋ ਇੱਕ ਵਾਰ ਫਿਰ ਬੇਨਤੀ ਆ ਕਿ ਕਿਰਪਾ ਕਰਕੇ ਇਸ ਮੁਸੀਬਤ ਦੀ ਘੜੀ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਅਤੇ ਪੰਜਾਬ ਰਾਜ ਬਿਜਲੀ ਬੋਰਡ ਦਾ ਆਪਾਂ ਉਹਦਾ ਸਹਿਯੋਗ ਕਰੀਏ।